ਅਗੇ ਵਧਦੇ ਅਗਲੀ ਖਬਰ ਅਦਰ ਕਰਾਂਗੇ ਦਾ ਕੀ ਬਿਜ਼ਨਸ ਗਰੁੱਪ ਦੀ ਲੋਨ ਮਾਫੀ ਉਤੇ ਪਾਰਲੀਮੈਂਟ ਦੇ ਵਿੱਚ ਸਵਾਲ ਉੱਠੇ ਨੇ ਜੀਆਂ ਰਾਜ ਸਭਾ ਐਮਪੀ ਡਾਕਟਰ ਸੁਭਾਸ ਚੰਦਰਾ ਨੇ ਪੁੱਛਿਆ ਕਿ ਅਪਰਾਧਿਕ ਮੁਕਦਮੇ ਵਿੱਚ ਚਾਰਜ ਸ਼ੀਟ ਦੇ ਬਾਵਜੂਦ ਕਿਹੜੀਆਂ ਕਿਹੜੀਆਂ ਕੰਪਨੀਆਂ ਦੇ ਕਰਜ਼ ਮਾਫ ਹੋਏ ਨੇ ਤਾਂ ਇਹ ਪੂਰਾ ਮੁੱਦਾ ਰਾਜ ਸਭਾ ਦੇ ਵਿੱਚ ਉਠਿਆ ਮੁੱਦਾ ਚੁੱਕਿਆ ਗਿਆ ਡਾਕਟਰ ਸੁਭਾਸ ਚੰਦਰਾ ਦੇ ਵੱਲੋਂ ਰਾਜ ਸਭਾ ਮੈਂਬਰ ਨੇ ਜੀ ਅ ਮਾਈ ਕੁਐਸਚਨ ਇਜ਼ ਵਿਦ தி ਆਨਰੇਬਲ ਮਿਨਿਸਟਰ ਥਟ Uh, are there any corporates or companies who have been, been charged under criminal offence and there has been restructuring of their debts or any waiver thereof? If there are any, I would like to have some details thereof. Thank you, sir.